ਪਾਵੇਂ ਕਿ ਕਰੋਨਾ ਨੇ ਅੱਜ ਦੇਸ਼ ਨੂੰ ਆਕਸੀਜਨ ਆਕਸੀਜਨ ਖੇਡਣ ਤੇ ਮਜਬੂਰ ਕਰ ਦਿੱਤਾ ਹੈ ਆਕਸੀਜਨ ਦਾ ਸਿਲੰਡਰ ਜੋ ਕਿ ਡਬਲ ਤੋਂ ਵੀ ਵੱਧ ਕੀਮਤਾਂ ਤੇ ਮਿਲ ਰਿਹਾ ਹੈ ਪਰ ਜੇਕਰ ਗੱਲ ਕਰੀਏ ਦੇਸ਼ ਵਾਸੀ ਪਿਛਲੇ ਲੰਬੇ ਸਮੇਂ ਤੋਂ ਆਕਸੀਜਨ ਜਾਸਰੂਤ ਪਿੱਪਲ ਲਾਉਣ ਲਈ ਅਤੇ ਪਿੱਪਲਾਂ ਦੀ ਰਾਖੀ ਕਰਨ ਲਈ ਕਹਿ ਰਹੇ ਨੇ ਪਰ ਨਕਲੀ ਵਿਕਾਸ ਦੇ ਨਾਮ ਤੇ ਸੜਕਾਂ ਚੌੜੀਆਂ ਹੋਈਆਂ ਪੁਲ ਬਣੇ ਪਤਾ ਨਹੀਂ ਕਿੰਨੇ ਪਿੱਪਲ ਇਸ ਵਿਕਾਸ ਦੀ ਪੇਂਟ ਚੜ ਗਏ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਹਜੇ ਵੀ ਅਕਲ ਨਹੀਂ ਆਈ ਪਿਛਲੇ 2 ਸਾਲਾਂ ਦੀ ਗੱਲ ਕਰ ਲਈਏ ਤਾਂ ਭਾਵੇਂ ਕਿ ਪੰਜਾਬ ਸਰਕਾਰ ਨੇ ਲੱਖਾਂ ਬੂਟੇ ਲਾਉਣ ਦੀ ਗੱਲ ਕੀਤੀ ਪਰ ਬੂਟੇ ਉਹ ਜੋ ਅੱਜ ਕੱਲ ਮਾਡਰਨ ਨੇ ਪਰ ਉਨ੍ਹਾਂ ਤੋਂ ਆਕਸੀਜਨ ਨਹੀਂ ਸਿਰਫ ਸਜਾਵਟ ਮਿਲ ਚੱਕਦੀ ਹੈ ਪਿੱਪਲ ਦਾ ਪੱਤਾ ਜੋ ਕਿ ਆਕਸੀਜਨ ਦਾ ਸਰੋਤ ਹੈ ਪਿੰਡਾਂ ਦੇ ਵਿੱਚ ਪਿਪਲਾਂ ਨੂੰ ਕੱਟਿਆ ਵੱਢਿਆ ਜਾ ਰਿਹਾ ਹੈ ਪਰ ਕਿਸੇ ਤਰ੍ਹਾਂ ਦਾ ਕਾਨੂੰਨ ਲਾਗੂ ਨਾ ਹੋਣ ਕਰਕੇ ਕਿਤਨਾ ਕਿਤੇ ਲੋਕ ਅਵੈਸਲੇ ਹੋਏ ਪਏ ਨੇ ਜ਼ਰੂਰੀ ਸੀ ਲੋਕਾਂ ਨੂੰ ਸਹੀ ਰਾਹਤੇ ਤੇ ਲਿਉਣ ਵਾਸਤੇ ਕਰੋਨਾ ਵਰਗੀ ਪੈਨਿਕ ਬਿਮਾਰੀ ਜਿਨ੍ਹਾਂ ਨੇ ਆਕਸੀਜਨ ਅਤੇ ਰੁੱਖਾਂ ਦੀ ਅਹਿਮੀਅਤ ਦਾ ਗਿਆਨ ਦਿੱਤਾ ਪਰ ਕਿਤਨਾ ਕਿਤੇ ਲੋਕਾਂ ਨੂੰ ਹਜੇ ਵੀ ਸੰਭਲਣ ਦੀ ਲੋੜ ਹੈ ਵਿਕਾਸ ਦੇ ਨਾਮ ਤੇ ਕੱਟੇ ਗਏ ਪੇੜ ਦੁਆਰਾ ਲਾਏ ਜਾਣ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਲਾਏ ਹੋਏ ਬੂਟੇ ਮਾਡਰਨ ਨਾ ਹੋ ਕੇ ਪਿੱਪਲ ਬਰੋਟਾ ਅਤੇ ਨਿੰਮ ਕਿੱਕਰ ਹੋਣ ਸ਼ਾਇਦ ਆਪਣਾ ਆਲਾ ਦੁਆਲਾ ਬਚ ਸਕਦਾ ਹੈ